ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਤੇ ਅੱਜ ਆਪਾਂ ਚੱਲੇ ਆ ਬਾਹਰ ਕਿਤੇ ਘੁੰਮਣ, ਤੇ ਹਜੇ ਸਾਨੂੰ ਵੀ ਨੀ ਪਤਾ ਵੀ ਕਿੱਥੇ ਜਾਣਾ ਆ, ਬਸ ਗੱਡੀ ਕੱਢ ਲਈ ਆ ਬੱਚਿਆਂ ਨਾਲ। ਤੇ ਆਪਾਂ ਜਿੱਥੇ ਵੀ ਜਾਣਾ ਹੋਇਆ ਤੇ ਪਹੁੰਚ ਕੇ ਆਪਾਂ ਤੁਹਾਨੂੰ ਦਿਖਾਉਂਦੇ ਆ ਸਰ। ਇਸ ਟਾਈਮ ਹੈਗੇ ਆ ਜੀ ਆਪਾਂ ਹੁਣ ਕੁਰਾਲੀ, ਤੇ ਹੁਣ ਅਸੀਂ ਗੱਡੀ ਦੇ ਵਿੱਚ ਡਿਸਾਈਡ ਕੀਤਾ ਬਹਿ ਕੇ ਆਪਾਂ ਜਾਵਾਂਗੇ ਰੌਕ ਗਾਰਡਨ ਤੇ ਬਰਡ ਪਾਰਕ ਬੱਚਿਆਂ ਨੂੰ ਦਿਖਾ ਕੇ ਲਿਆਉਣਾ, ਜਾਂ ਇੱਕ ਜਾਵਾਂਗੇ ਆਪਾਂ ਲੇਕ ਦੇ ਉੱਤੇ ਚੰਡੀਗੜ੍ਹ, ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਆ ਸਾਰਾ। ਚੱਲ ਪੀਓ ਪੁੱਤ ਜਲਦੀ ਆਪਾਂ ਜਾਣਾ ਏ। ਪਾਪਾ ਨੇ ਕਿੰਨੇ ਗਲਾਸ ਲੱਸੀ ਦੇ ਪੀਤੇ? ਤਿੰਨ ਡੇਢ ਪੀਤਾ, ਐਵੇਂ ਡੇਢ ਪੀਤਾ, ਇੱਕ ਮੈਂ ਆਪਣਾ ਪੀਤਾ, ਅੱਧਾ ਇਹਦਾ ਪੀਤਾ। ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਬਰਡ ਪਾਰਕ, ਤੇ ਪਿਛਲੀ ਵਾਰੀ ਥੋੜਾ ਇਧਰਲਾ ਏਰੀਆ ਰਹਿ ਗਿਆ ਸੀਗਾ, ਅੱਜ ਮੌਸਮ ਵੀ ਬਹੁਤ ਵਧੀਆ ਵਾ, ਤੇ ਪਿਛਲੀ ਵਾਰੀ ਇਹ ਸਾਰਾ ਏਰੀਆ ਰਹਿ ਗਿਆ ਸੀਗਾ, ਤੇ ਸੋ ਅੱਜ ਆਪਾਂ ਇਹ ਸਾਰਾ ਕਵਰ ਕਰਾਂਗੇ ਇਧਰਲੇ ਵਾਲਾ। ਤੇ ਬਾਕੀ ਤੁਸੀਂ ਪਿਛਲਾ ਬਲੌਗ ਸਾਡਾ ਦੇਖੋ, ਜਾ ਕੇ ਆਈ ਬਟਨ ਤੇ ਆਪਾਂ ਦੇ ਦਾਂਗੇ ਤੁਹਾਨੂੰ ਲਿੰਕ, ਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਏਰੀਆ। ਅੱਜ ਮੌਸਮ ਵੀ ਬਹੁਤ ਵਧੀਆ ਵਾ, ਠੰਡਾ ਆ, ਗਰਮੀ ਨਹੀਂ ਹੈਗੀ, ਤੇ ਦਿਖਾਉਂਦੇ ਹਾਂ ਤੁਹਾਨੂੰ ਸਾਰਾ ਘੁੰਮ ਫਿਰ ਕੇ ਇਧਰਲਾ ਏਰੀਆ। ਪਿਛਲੀ ਵਾਰੀ ਏਰੀਆ ਰਹਿ ਗਿਆ ਸੀਗਾ ਕਿਡਜ਼ ਏਰੀਆ। ਹੈ ਅਰਮਨ, ਰਸ਼ ਬਹੁਤ ਅੱਜ ਹੈ ਨਾ? ਅੱਜ ਤੋਂ ਬਹੁਤ ਜ਼ਿਆਦਾ ਰਸ਼ ਹੈ, ਉਸ ਦਿਨ ਤਾਂ ਕੁਛ ਵੀ ਨਹੀਂ ਸੀਗਾ, ਮੌਸਮ ਵੀ ਠੰਡਾ, ਵੈਸੇ ਵੀ ਅੱਜ ਛੁੱਟੀ ਹੈ ਨਾ, ਸੰਡੇ ਹੈ। ਹਾਂ ਦੇਖੋ ਬਹੁਤ ਜ਼ਿਆਦਾ ਰਸ਼ ਅੱਜ, ਇੱਧਰ ਵੀ ਇੱਧਰ ਵੀ। ਅੱਜ ਨਾ ਕਲੀਅਰ ਦਿਸ ਰਹੇ ਆ, ਜਿੱਦਣ ਪਹਿਲਾਂ ਆਏ ਸੀਗੇ ਉਦਣ ਰਿਫਲੈਕਸ਼ਨ ਜ਼ਿਆਦਾ ਪੈਂਦੀ ਸੀਗੀ, ਅੱਜ ਮੌਸਮ ਬੱਦਲਬਾਰੀ ਕਰਕੇ ਨਾ ਸ਼ੀਸ਼ੇ ਸਾਫ ਆ, ਵਧੀਆ ਦਿਸ ਰਿਹਾ ਸਾਰਾ। ਅੱਜ ਬਹੁਤ ਵਧੀਆ ਲੱਗ ਰਿਹਾ ਨਾ ਬਜਿੰਦਰ, ਅੱਜ ਮੌਸਮ ਨੇ ਸਾਰਾ ਉਹ ਕਰਵਾਤਾ ਹੈ ਨਾ, ਕਿੰਨਾ ਸੋਹਣਾ ਲੱਗਦਾ। ਡਰ ਜਾਂਦੇ ਆਈ ਨੀ ਆ ਗਏ
किन्ने सोने नहीं उधर नहीं आ उड़ते अड़ते नहीं तो नीचे देखते नहीं उड़ा वो देखो मत्ता चलो चार बजे बैठा चार फिर भी थले नू उलरूगा पहला फिर मगर नहीं होगा बढ़िया लग रहा कैमल राइट हम लगे जी उतरना दंदी भी वर्दा हुंदा बहुत बहुत वधिया एक्सपीरियंस रहा साडा हां जी आप हुण चले घर नू पहली बार कीती सी जिंदगी एक्सपीरियंस रहा साडा जगह च लड़ना नहीं एक मिनट चुप करो वधिया लगा बहुत अज मौसम भी वधिया सीगा रश बहुत सीगा अज ते बाकी बच्चे भी नजारे लेंदे आ वधिया लगा ते हुण आपां तुहानू मिलदे आ अगले ब्लॉग दे विच ते जे तो साडियां वीडियो तुहानू वधिया लगदियां तां लाइक शेयर कमेंट जरूर करके दस्यो सानू भी किद्दां दियां लगदियां जां तुहानू कंटेंट साडा किद्दां दा लगा जे कोई सुधार करन वाला असीं उह वी करांगे सानू दस्यो जरूर एक वारी ते बाकी तुहानू मिलदे आ अगले ब्लॉग दे विच ते सत श्री अकाल जी।